ਪਰ ਨੇਚਰਲੀ ਅਸੀਂ ਕੀ ਕਰੀਏ ਕਿ ਅਸੀਂ ਤਾਜ਼ੇ ਪਾਣੀ ਦੇ ਨਾਲ ਇਸ਼ਨਾਨ ਦਾ ਜਿਹੜਾ ਕਰਨਾ ਰੱਖੀਏ ਤਾਂ ਸਾਡਾ ਸਰੀਰ ਜਿਹੜਾ ਹੈਗਾ ਉਧਰ ਉਸ ਤਰਿੰਦਾ। ਇਹ ਪੁਰਾਣੇ ਵੇਲੇ ਤਾਂ ਖੂਹ ਦਾ ਜਲ ਵਰਤਦੇ ਸੀਗੇ ਇਸ਼ਨਾਨ ਕਰਨ ਲਈ ਤੇ ਹੁਣ ਚਲੋ ਆਪਾਂ ਥੱਲੋਂ ਬੋਰ ਕਰਕੇ ਕੱਢ ਲੈਂਦੇ ਹਾਂ ਤਾਜ਼ਾ ਪਾਣੀ ਤੇ ਵੀ ਉਹ ਪਾਣੀ ਦਾ ਇਸ਼ਨਾਨ ਕਰਨ ਨਾਲ ਜ਼ਿਆਦਾ ਵਧੀਆ ਹੁੰਦਾ ਤਾਜ਼ੇ ਪਾਣੀ ਦੇ ਨਾਲ। ਜਦੋਂ ਅਸੀਂ ਇਸ਼ਨਾਨ ਕਰਨ ਲੱਗੇ ਪਹਿਲਾਂ ਪੈਰਾਂ ਤੇ ਪਾਣੀ ਪਾਉਂਦੇ ਆ। ਚੱਕ ਕਰਨ ਦੀ ਜਾਂ ਪਿੰਡੇ ਤੇ ਪਾਣੀ ਪਾਉਨੇ ਆ ਤੇ ਸ਼ਾਸਤਰ ਕਹਿੰਦਾ ਵੀ ਜਿਹੜੀ ਪੈਰਾਂ ਦੀ ਤੇ ਉਰਦ ਦੀ ਗਰਮੀ ਆ ਲੀਵਰ ਦੀ ਜਿਹੜੀ ਢੇਡ ਦੀ ਗਰਮੀ ਕਿਉਂਕਿ ਇਹ ਜੱਟੜਕ ਨਹੀਂ ਹੁੰਦੀਆਂ ਨਾ ਉਹ ਕਹਿੰਦੇ ਤਾਂ ਉਹ ਸਿਰ ਨੂੰ ਚੜ ਜਾਂਦੀ ਜਿਹਦੇ ਨਾਲ ਕੀ ਮਾਈਗਰੇਨ ਤੇ ਸਿਰ ਪੀੜ ਦੀਆਂ ਕਈ ਬਿਮਾਰੀਆਂ ਨਿਕਲ ਆਉਂਦੀਆਂ ਨੇ ਥੋੜਾ ਜਿਹਾ ਦੁਖੀ ਰਹਿਣਾ ਸ਼ੁਰੂ ਹੋ ਜਾਂਦਾ ਬੰਦਾ ਖਿੱਚ ਜਾਂਦਾ ਜਿਹਨੂੰ ਕਹਿੰਦੇ ਵਿਖੀਆ ਜਾਂ ਰਹਿੰਦਾ ਇਸ਼ਨਾਨ ਦੀ ਜਿਹੜੀ ਪਹਿਲੀ ਵਿਧੀ ਆ ਉਹ ਇਹ ਆ ਕਿ ਪਹਿਲਾਂ ਤੁਸੀਂ ਮੰਜਨ ਕੀਤਾ ਫਿਰ ਤੁਸੀਂ ਨਿਤ ਇਸ਼ਨਾਨ ਕੀਤਾ ਨੇਤਰਿਸ਼ਨਾਤ ਤੋਂ ਬਾਅਦ ਫਿਰ ਤੁਸੀਂ ਪਹਿਲਾ ਜਿਹੜਾ ਪਾਣੀ ਦਾ ਗੜਵਾ ਹੈ ਉਹ ਸਿਰ ਤੇ ਪਾਉਣਾ ਹੈ ਜਦੋਂ ਤੁਸੀਂ ਸਿਰ ਤੇ ਪਾਉਂਗੇ ਉਹ ਸਾਰੀ ਗਰਮੀ ਤੁਹਾਡੇ ਪੈਰਾਂ ਰਾਹੀਂ ਥੱਲੇ ਨੂੰ ਧਰਤੀ ਨੂੰ ਨਿਕਲੂਗੀ ਜੇ ਤੁਸੀਂ ਪਹਿਲਾਂ ਪੈਰਾਂ ਤੇ ਪਾਣੀ ਪਾਉਂਗੇ ਤਾਂ ਤੁਹਾਡੀ ਉਰਦ ਦੀ ਸਣੇ ਗਰਮੀ ਤਾਂ ਨਾ ਚੱਲ ਜੂਗੀ ਇਸ ਲਈ ਪਹਿਲਾਂ ਸਿਰ ਤੇ ਪਾਣੀ ਪਾਉਣਾ ਹੈ ਵੀ ਤੁਸੀਂ ਬਾਗਦੇ ਪਾਣੀ 'ਚੋਂ ਪਹਿਲਾਂ ਸਿਰ ਭੇਣਾ ਹੈ ਸਿਰ ਤੇ ਜਲ ਪਾਉਣਾ ਹੈ ਫਿਰ ਤੁਸੀਂ ਪਾਣੀ ਦੇ ਵਿੱਚ ਉਤਰਨਾ ਹੈ ਫਿਰ ਜਦੋਂ ਤੁਸੀਂ ਚੁੱਭੀ ਲਾਉਨੇ ਹੋ ਫਿਰ ਤੁਹਾਡਾ ਸਰੀਰ ਸੰਤਲ ਹੋ ਜਾਂਦਾ ਹੈ ਪਾਣੀ ਵਿੱਚ ਫਿਰ ਸਾਰੀ ਉਹ ਗਰਮੀ ਨਿਕਲ ਜਾਂਦੀ ਹੈ ਪਹਿਲੀ ਬਰਸਾਤ ਹੁੰਦੀ ਹੈ ਉਦੋਂ ਸਾਨੂੰ ਸਿਰ ਤੋਂ ਲੈ ਕੇ ਤੇ ਸਾਰੇ ਸਰੀਰ 'ਚ ਇਸ਼ਨਾਨ ਕਰਨਾ ਚਾਹੀਦਾ ਵੀ ਕੱਪੜੇ ਤਨ ਤੋਂ ਉਤਾਰ ਦੇਣੇ ਚਾਹੀਦੇ ਨੇ ਵੀ ਚਲੋ ਲੰਗੋਟ ਕੇ ਸ਼ਹਿਰਾ ਆਪਣਾ ਤੇੜ ਰੱਖੋ ਤੇ ਵੀ ਸਿਰ 'ਚ ਪਾਣੀ ਪਾਵੇ ਪਿੰਡੇ ਤੇ ਪਾਣੀ ਪਾਵੇ ਉਹਦੇ ਨਾਲ ਬਰਸਾਤ ਇਹ ਦੱਸਦੇ ਨੇ ਇਹੀ ਬਜ਼ੁਰਗਾਂ ਕੋ ਸੁਣਿਆ ਵੀ ਜੇ ਬਰਸਾਤ ਦੀਆਂ ਪਹਿਲੀਆਂ ਦੋ ਬਰਸਾਤਾਂ ਤੁਸੀਂ ਬਰਸਾਤ 'ਚ ਇਸ਼ਨਾਨ ਕਰ ਲਓ ਤਾਂ ਬਰਸਾਤ ਦੇ ਵਿੱਚ ਹੋਣ ਵਾਲੀਆਂ ਤੁਹਾਨੂੰ ਬਿਮਾਰੀਆਂ ਨਹੀਂ ਹੋਣਗੀਆਂ ਕਈ ਵਾਰ ਕੀ ਜਾਦਾ ਠੰਡੇ ਪਾਣੀ ਦੇ ਨਹਾਉਣਾ ਸਾਇਲੈਂਟ ਅਟੈਕ ਦੀ ਵੀ ਕਈ ਵਾਰ ਮੈਂ ਅੱਜ ਕੱਲ ਵੀ ਦੇਖ ਰਿਹਾ ਵੀ ਰਿਸਰਚ ਵਗੈਰਾ ਚੱਲ ਰਹੀਆਂ ਸੁਣਦੇ ਵੀ ਕਹਿੰਦੇ ਵੀ ਗੱਲਾਂ ਚੱਲ ਰਹੀਆਂ ਨੇ ਪਰ ਗਰਮ ਪਾਣੀ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਕਿਤੇ ਵੀ ਜਦੋਂ ਕਿਤੇ ਬਹੁਤ અત્યੰਤ ਜ਼ਰੂਰੀ ਹੈ ਤਾਂ ਤੁਸੀਂ ਵਰਤ ਲਓ ਜਾਂ ਬਹੁਤ ਬਿਰਦੇ ਸਰੀਰ ਨੇ ਤੇ ਪਰ ਉਹਨ ਤਾਜ਼ਾ ਪਾਣੀ ਦਾ ਪ੍ਰਯੋਗ ਰੱਖੋ ਤਾਂ ਉਹ ਬਿਹਤਰ ਹੈ ਜੀ ਪ੍ਰਾਣੀਆਂ ਵੇਲਿਆਂ ਚ ਉਹ ਬਹੁਤ ਘੱਟ ਸਾਬਣ ਦਾ ਪ੍ਰਯੋਗ ਕਰਿਆ ਕਰਦੇ ਸੀਗੇ ਸਰੀਰ ਨੂੰ ਲਾਉਣ ਵਾਸਤੇ ਵੀ ਸਰੀਰ ਨੂੰ ਉਦਾਂ ਹੀ ਮਲਿਆ ਕਰਦੇ ਸੀਗੇ ਤੇ ਲੱਸੀ ਦੇ ਨਾਲ ਜਾਂ ਹੋਰ ਇਹਨਾਂ ਚੀਜ਼ਾਂ ਨਾਲ ਵੀ ਇਸ਼ਨਾਨ ਕਰਿਆ ਜਾਂਦਾ ਸੀਗਾ ਤੇ ਸਿਰ ਦਾ ਇਸ਼ਨਾਨ ਇਹਨਾਂ ਚੀਜ਼ਾਂ ਨਾਲ ਕਰ ਲੈਣਾ ਦਹੀਂ ਦੇ ਨਾਲ ਲੱਸੀ ਦੇ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ ਸਿਰ ਦਾ ਉਹ ਬੜਾ ਵਧੀਆ ਹੁੰਦਾ ਜਿਵੇਂ ਕਦੇ-ਕਦੇ ਨੀਮ ਦੇ ਪੱਤੇ ਇਹਨਾਂ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਨਹਾਉਣ ਦਾ ਤਰੀਕਾ ਸਹੀ ਕਰ ਲਈਏ ਤਾਂ ਅੱਧੀਆਂ ਬਿਮਾਰੀਆਂ ਉਹੀ ਠੀਕ ਹੋ ਜਾਣੀਆਂ ਸਰਨਲ ਵੈਦ ਬਾਈ ਨੇ ਸਿਮਰਨਪ੍ਰੀਤ ਸਿੰਘ ਹੋਰੀ ਨਹਾਉਣ ਦਾ ਤਰੀਕਾ ਸਹੀ ਕੀ ਹੈ ਤੇ ਕਿਹੜੀਆਂ ਬਿਮਾਰੀਆਂ ਜਿਵੇਂ ਸਿਰਦਰਦ ਹੈ ਸਰੀਰ ਥੱਕਿਆ ਰਹਿੰਦਾ ਹੈ ਜਾਂ ਤਰੋਤਾਜ਼ਾ ਨਹੀਂ ਹੁੰਦਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਜੀ ਨਹਾਉਣ ਦਾ ਤਰੀਕਾ ਜੀ ਜੀ ਸਹੀ ਕੀ ਤਰੀਕਾ ਹੈ ਹਾਂ ਜੀ ਆਪਾਂ ਜਿਵੇਂ ਲਾਸਟ ਟਾਈਮ ਗੱਲ ਕੀਤੀ ਸੀਗੀ ਵਿਨੇਤਰਾਂ ਦੇ ਇਸ਼ਨਾਨ ਦੀ ਨਾ ਤੇ ਉਸੇ ਲੜੀ ਦੇ ਵਿੱਚ ਹੁਣ ਆਪਾਂ ਅੱਗੇ ਤੰਦ ਇਸ਼ਨਾਨ ਦੀ ਗੱਲ ਕਰਾਂਗੇ ਵੀ ਜਿਹੜਾ ਸ਼ਾਸਤਰ ਦਾ ਵਿਧਾਨ ਹੈ ਜਾਂ ਆਯੁਰਵੇਦ ਦਾ ਵਿਧਾਨ ਜਾਂ ਜਿਵੇਂ ਕਹੋ ਵੀ ਪੁਰਾਣਾ ਜਿਹੜਾ ਸੀਨੇ ਬਾ ਸੀਨੇ ਜਿਹੜਾ ਚੱਲਿਆ ਆਉਂਦਾ ਹੈ ਵਿਧਾਨ ਵੀ ਇਸ਼ਨਾਨ ਦਾ ਕੀ ਹੁੰਦਾ ਹੈ ਤੇ ਅਸੀਂ ਕੀ ਗਲਤੀਆਂ ਕਰਦੇ ਆਂ ਜਿਦਾ ਕਰਕੇ ਸਰੀਰ ਦੇ ਵਿੱਚ ਹਲਚਲ ਰਹਿੰਦੀ ਹੈ ਤੇ ਨਿਰੋਗ ਹੋਣ ਦੀ ਬਜਾਏ ਰੋਗ ਆ ਜਾਂਦੇ ਨੇ ਸਾਡੇ ਸਰੀਰ ਨੂੰ ਠੀਕ ਹੈ ਨਹੀਂ ਇਸ਼ਨਾਨ ਤਾਂ ਇਸ ਲਈ ਕਰਨਾ ਸੀਗਾ ਵੀ ਰੋਗ ਦੂਰ ਹੋਣ ਤੇ ਆਲਸ ਦੂਰ ਹੋਵੇ ਤੇ ਪਰ ਹੁਣ ਜ਼ਿਆਦਾ ਆ ਰਹੀ ਹੈ ਤੇ ਉਹ ਉਹਦਾ ਕੀ ਕਾਰਨ ਹੈ ਤੇ ਇਹਦੇ ਬਾਬਤ ਅੱਜ ਆਪਾਂ ਤੁਹਾਡੇ ਨਾਲ ਬਚਨ ਕਰਾਂਗੇ ਜੀ ਬਾਬਾ ਜੀ ਦੱਸੋ ਫਿਰ ਵੀ ਕਿਹੜੀਆਂ ਗਲਤੀਆਂ ਆਲਮੋਸਟ ਲਗਭਗ ਮੇਰੇ ਹਿਸਾਬ ਨਾਲ ਕਾਫੀ ਲੋਕ ਕਰਦੇ ਆ ਜੀ ਜੀ ਵੀ ਕਿਵੇਂ ਨਹਾਉਣਾ ਕਿਵੇਂ ਚਾਹੀਦਾ ਹੈ ਇਹ ਨਹਾਣ ਦਾ ਜਿਹੜਾ ਇਹ ਬਾਬਾ ਜੀ ਸਹੀ ਢੰਗ ਤਰੀਕਾ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਇਸ਼ਨਾਨ ਕਰਦੇ ਹੋ ਤੇ ਤੁਸੀਂ ਕੋਸ਼ਿਸ਼ ਰੱਖਣੀ ਆ ਵੀ ਤੁਸੀਂ ਤਾਜੇ ਪਾਣੀ ਦੇ ਨਾਲ ਇਸ਼ਨਾਨ ਕਰੋ ਵੀ ਕਦੇ ਵੀ ਠੰਡਾ ਬਹੁਤਾ ਪਾਣੀ ਤੇ ਜਾਂ ਕਹਿ ਲਓ ਵੀ ਗਰਮ ਪਾਣੀ ਦਾ ਜਦੋਂ ਸਰੀਰ ਦਾ ਤਾਪ ਵੱਧ ਘਟ ਹੈ ਤਾਪ মানে ਮਤਲਬ ਬੁਖਾਰ ਹੈ ਉਹ ਗੱਲ ਵੱਖਰੀ ਹੈ ਵੀ ਜਦੋਂ ਸਰੀਰ ਦੀ ਕਿਰਿਆ ਵਿਗੜੀ ਹੋਈ ਹੈ ਬਿਮਾਰੀ ਕਰਕੇ ਚਲੋ ਸਾਨੂੰ ਕਈ ਵਾਰ ਤੱਤਾ ਠੰਡਾ ਕਰਨਾ ਪੈ ਜਾਂਦਾ ਹੈ ਪਰ ਨੇਚਰਲੀ ਅਸੀਂ ਕੀ ਕਰੀਏ ਕਿ ਅਸੀਂ ਤਾਜੇ ਪਾਣੀ ਦੇ ਨਾਲ ਇਸ਼ਨਾਨ ਦਾ ਜਿਹੜਾ ਕਰਨਾ ਰੱਖੀਏ ਤਾਂ ਸਾਡਾ ਸਰੀਰ ਜਿਹੜਾ ਹੈਗਾ ਉਹ ਦਰੁਸਤ ਰਹਿੰਦਾ ਜਿਹਦੇ ਵਿੱਚ ਵੀ ਕਹਿ ਲੋ ਵੀ ਪੁਰਾਣੇ ਵੇਲੇ ਤਾਂ ਖੂਹ ਦਾ ਜਲ ਵਰਤਦੇ ਸੀਗੇ ਇਸ਼ਨਾਨ ਕਰਨ ਲਈ ਤੇ ਹੁਣ ਚਲੋ ਆਪਾਂ ਥੱਲੋਂ ਬੋਰ ਕਰਕੇ ਕੱਢ ਲੈਂਦੇ ਹਾਂ ਤਾਜਾ ਪਾਣੀ ਤੇ ਉਹ ਪਾਣੀ ਦਾ ਇਸ਼ਨਾਨ ਕਰਨ ਦਾ ਜਿਆਦਾ ਵਧੀਆ ਹੁੰਦਾ ਤਾਜੇ ਪਾਣੀ ਦੇ ਨਾਲ ਜਿਹਦੇ ਬਾਬਤ ਇੱਕ ਸੰਸਕ੍ਰਿਤ ਦਾ ਸ਼ਲੋਕ ਹੈ ਉਹ ਟਿਪੀਕਲ ਸੰਸਕ੍ਰਿਤ ਦੇ ਵਿੱਚ ਆ ਸ਼ਾਇਦ ਮੈਂ ਬੋਲਣ ਲੱਗਿਆ ਥੋੜੀਕ ਵਿਕਾ ਲੋ ਵੀ ਪਰਨੰਸੀਏਸ਼ਨ ਗਲਤ ਕਰ ਜਾਵਾਂ ਤੇ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਸ਼ਲੋਕ ਜਿਵੇਂ ਉਹ ਲਿਖਿਆ ਗਿਆ ਸਾਹਿਤ ਰਾਂਚ ਮੈਂ ਤੁਹਾਨੂੰ ਉਵੇਂ ਸੁਣਾਵਾਂ ਤੇ ਉਹ ਤਾਜੇ ਜਲ ਦੇ ਬਾਬਤ ਹੈ ਉਸ ਸ਼ਲੋਕ ਉਸ ਸ਼ਲੋਕ ਆ ਕੁਪੇਧੰਕ ਵਟਸ਼ਾਇ ਨਾਰੀ ਆ ਚੰਪਰੋਧਮ ਸ਼ੀਤ ਕਾਲਯ ਭਵੇ ਦੁਸ਼ਾ ਮੂਸ਼ ਕਾਲਯ ਚ ਸ਼ੀਤਲਮ ਉਹ ਸ਼ਲੋਕ ਦੱਸਦੇ ਨੇ ਵੀ ਜਿਹੜਾ ਖੂਹ ਦਾ ਜਿਹੜਾ ਕਹਿੰਦੇ ਵੀ ਹੁੰਦਾ ਹੈ ਨਾ ਵੀ ਜਲ ਵੀ ਉਹ ਜਿਵੇਂ ਇੱਕ ਵਾਟ ਵ੍ਰਿਕਸ਼ ਦੀ ਛਾਇਆ ਦੇ ਅਧੀਨ ਜਿਵੇਂ ਕਹਿ ਲਓ ਕਿ ਠੰਡ ਰਹਿੰਦੀ ਹੈ ਵੀ ਗਰਮ ਰੁੱਤ ਦੇ ਵਿੱਚ ਉਹ ਠੰਡਾ ਹੁੰਦਾ ਹੈ ਤੇ ਠੰਡੀ ਰੁੱਤ ਦੇ ਵਿੱਚ ਉਹ ਨਿੱਗਾ ਹੁੰਦਾ ਹੈ ਉਹ ਕਹਿ ਲਓ ਵੀ ਨਹਾਣ ਬਾਬਤ ਹੁੰਦਾ ਹੈ ਉਹ ਜਲ ਮੂਸਕਾਲ ਦੇ ਚਸ਼ੀਤ ਲੰਬੀ ਜਦੋਂ ਗਰਮੀ ਜਾਂ ਕੋਈ ਹੋਰ ਕਾਲ ਆ ਉਹਦੇ ਵਿੱਚ ਫਿਰ ਸ਼ੀਤ ਲੋ ਜਾਂਦਾ ਹੈ ਜਦ ਜਿਵੇਂ ਖੂਦਾਂ ਚਲ ਪੁਰਾਣੇ ਵੇਲੇ ਸ਼ਕ ਦੇ ਵੀ ਹੁੰਦੇ ਸੀ ਨਾ ਤੇ ਤਾਜਾ ਪਾਣੀ ਜਦੋਂ ਅਸੀਂ ਇਸ਼ਨਾਨ ਕਰਨ ਲੱਗੇ ਪਹਿਲਾਂ ਪੈਰਾਂ ਤੇ ਪਾਣੀ ਪਾਉਂਦੇ ਆ ਚੈੱਕ ਕਰਨ ਲਈ ਜਾਂ ਪਿੰਡੇ ਤੇ ਪਾਣੀ ਪਾਉਂਦੇ ਆ ਤੇ ਸ਼ਾਸਤਰ ਕਹਿੰਦਾ ਵੀ ਜਿਹੜੀ ਪੈਰਾਂ ਦੀ ਤੇ ਉਰਦ ਦੀ ਗਰਮੀ ਆ ਲੀਵਰ ਦੀ ਜਿਹੜੀ ਪੇਟ ਦੀ ਗਰਮੀ ਕਿਉਂਕਿ ਇਹ ਜਟੜਾਗ ਨਹੀਂ ਹੁੰਦੀਆਂ ਨਾ ਉਹ ਕਹਿੰਦੇ ਤਾਂ ਉਹ ਸਿਰ ਨੂੰ ਚੜ ਜਾਂਦੀ ਆ ਤੇ ਫਿਰ ਜਦੋਂ ਸਿਰ ਤੇ ਗਰਮੀ ਚੜ ਗਈ ਮੇਰੇ ਬੰਦਾ ਬੌਖ ਲਾ ਜਾਂਦਾ ਥੋੜਾ ਬੰਦਾ ਬੋਝ ਮਹਿਸੂਸ ਕਰਦਾ ਜਿਹਦੇ ਨਾਲ ਕੀ ਮਾਈਗਰੇਨ ਤੇ ਸਿਰ ਪੀੜ ਦੀਆਂ ਕਈ ਬਿਮਾਰੀਆਂ ਨਿਕਲ ਆਉਂਦੀਆਂ ਨੇ ਥੋੜਾ ਅਕ ਦੁਖੀ ਰਹਿਣਾ ਸ਼ੁਰੂ ਹੋ ਜਾਂਦਾ ਬੰਦਾ ਖਿੱਚ ਜਾਂਦਾ ਜਨੂੰ ਕਹੋ ਵੀ ਖਿਜਿਆ ਜਾ ਰਿਹਾ ਦਿੰਦਾ ਸੋ ਇਸ਼ਨਾਨ ਦੀ ਜਿਹੜੀ ਪਹਿਲੀ ਵਿਧੀ ਆ ਉਹ ਇਹ ਆ ਕਿ ਪਹਿਲਾਂ ਤੁਸੀਂ ਮੰਜਨ ਕੀਤਾ ਫਿਰ ਤੁਸੀਂ ਨਿਤ ਇਸ਼ਨਾਨ ਕੀਤਾ ਨਿਤ ਇਸ਼ਨਾਨ ਤੋਂ ਬਾਅਦ ਫਿਰ ਤੁਸੀਂ ਪਹਿਲਾ ਜਿਹੜਾ ਪਾਣੀ ਦਾ ਗੜਵਾ ਹੈ ਉਹ ਸਿਰ ਤੇ ਪਾਉਣਾ ਜਦੋਂ ਤੁਸੀਂ ਸਿਰ ਤੇ ਪਾਉਂਗੇ ਉਹ ਸਾਰੀ ਗਰਮੀ ਤੁਹਾਡੇ ਪੈਰਾਂ ਰਾਹੀਂ ਥੱਲੇ ਨੂੰ ਧਰਤੀ ਨੂੰ ਨਿਕਲੂਗੀ ਤੁਸੀਂ ਤੁਸੀਂ ਪਹਿਲਾਂ ਪੈਰਾਂ ਤੇ ਪਾਣੀ ਪਾਉਂਗੇ ਤਾਂ ਤੁਹਾਡੀ ਉਰਦ ਦੀ ਸਣੇ ਗਰਮੀ ਤਾਂ ਨੂੰ ਚੜ ਜੂਗੀ ਇਸ ਲਈ ਪਹਿਲਾਂ ਸਿਰ ਤੇ ਪਾਣੀ ਪਾਉਣਾ ਹੈ ਇਸ ਤੋਂ ਵਪਰੀਤ ਵੀ ਜੇ ਹੁਣ ਕਈਆਂ ਨੇ ਕਹਿਣਾ ਕਿ ਖਰੇ ਸਰੋਵਰ ਚ ਕਿਮਿਸ਼ਨਾਣ ਕਰੀਏ ਚਲਦੇ ਪਾਣੀ ਜਿਵੇਂ ਕਿਮਿਸ਼ਨਾਣ ਕਰਦੇ ਵੀ ਪਹਿਲਾਂ ਪੈਰ ਪੈਂਦੇ ਨੇ ਪਰ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਦਰਿਆ ਕੰਢੇ ਬੈਠ ਕੇ ਪਹਿਲਾਂ ਸਿਰ 'ਚ ਪਾਣੀ ਪਾਇਆ ਕਰਦੇ ਸੀ ਜਦੋਂ ਵੀ ਜਿਹੜਾ ਵਿੱਚ ਇਸ਼ਨਾਨ ਕਰਨ ਦਾ ਜਿਹੜਾ ਵਿਧਾਨ ਹੈ ਵਗਦੇ ਪਾਣੀ 'ਚ ਵੀ ਵੀ ਤੁਸੀਂ ਵਗਦੇ ਪਾਣੀ 'ਚੋਂ ਪਹਿਲਾਂ ਸਿਰ ਭਿਣਾ ਹੈ। ਸਿਰ ਤੇ ਜਲ ਪਾਉਣਾ ਹੈ ਫਿਰ ਤੁਸੀਂ ਪਾਣੀ ਦੇ ਵਿੱਚ ਉਤਰਨਾ ਹੈ। ਫਿਰ ਜਦੋਂ ਤੁਸੀਂ ਚੁੱਭੀ ਲਾਉਨੇ ਹੋ ਫਿਰ ਤੁਹਾਡਾ ਸਰੀਰ ਸੰਤਲ ਹੋ ਜਾਂਦਾ ਹੈ ਪਾਣੀ ਵਿੱਚ ਫਿਰ ਸਾਰੀ ਉਹ ਗਰਮੀ ਨਿਕਲ ਜਾਂਦੀ ਹੈ। ਇਸ ਤੋਂ ਵਪਰੀਜ ਜੇ ਤੁਸੀਂ ਬੈਠ ਕੇ ਕਿਸੇ ਥਾਂ ਤੇ ਇਸ਼ਨਾਨ ਕਰਦੇ ਹੋ ਗੜਵੇ ਦੇ ਨਾਲ ਤਾਂ ਪਹਿਲਾਂ ਤੁਸੀਂ ਸਿਰ ਦੇ ਵਿੱਚ ਹੀ ਪਾਣੀ ਪਾਉਣਾ ਤੇ ਜਦੋਂ ਵਗਦਾ ਪਾਣੀ ਆ ਉਦੋਂ ਵੀ ਪਹਿਲਾਂ ਸਿਰ ਦੇ ਵਿੱਚ ਬਾਹਰੋਂ ਪਾਣੀ ਪਾ ਕੇ ਫਿਰ ਪਾਣੀ ਦੇ ਵਿੱਚ ਐਂਟਰ ਕਰਨਾ ਹੈ। ਮਤਲਬ ਜਿਹੜਾ ਆਪਾਂ ਘਰੇ ਅੱਜ ਕੱਲ ਸ਼ਾਵਰ ਲੱਗਾ ਸ਼ਾਵਰ ਦਾ ਕਨਸੈਪਟ ਸਹੀ ਹੈ ਨਾ ਉੱਪਰ ਓਨ ਕਰਦੇ ਪਹਿਲਾਂ ਸਿਰ 'ਚ ਪਾਣੀ ਹਾਂ ਇਹ ਮਤਲਬ ਕਿ ਇੱਥੇ ਤੁਸੀਂ ਕਹਿ ਸਕਦੇ ਹੋ ਵੀ ਗੋਰੇ ਦਾ ਦਿਮਾਗ ਜ਼ਿਆਦਾ ਵਧੀਆ ਹੈ ਪੜੇ ਵੈਸੇ ਪੜੇ ਲਿਖੇ ਨੇ ਬਾਬਾ ਜੀ ਇੱਥੋਂ ਪੜ ਕੇ ਗਏ ਬਥੇਦਾ ਤੁਹਾਨੂੰ ਮੈਂ ਅੱਗੇ ਕੱਲ ਦਿਖਾ ਰਿਹਾ ਸੀ ਸ਼ਾਇਦ ਤਰ ਦਿਖਾ ਰਿਹਾ ਹਾਂ ਜਿਹੜਾ ਤੁਸੀਂ ਮੇਰੇ ਨਾਲ ਬੈਠੇ ਸੀ ਡਿਸਕਸ਼ਨ ਕਰ ਰਹੇ ਸੀਗੇ ਵੀ ਹੁਣ ਗੋਰਿਆਂ ਨੇ ਕੋਈ ਕੀ ਚੀਜ਼ਾਂ ਬਣਾਈਆਂ ਨੇ ਸਾਰੀਆਂ ਇੱਥੋਂ ਗਈਆਂ ਨੇ ਤਾਂ ਉਹ ਮੈਂ ਦਿਖਾ ਵੀ ਰਿਹਾ ਸੀਗਾ ਸੋ ਇਦਾਂ ਦੀ ਗੱਲ ਨਹੀਂ ਵੀ ਹਾਂ ਇਹ ਜਿਹੜੀ ਸ਼ਾਵਰ ਵਾਲੀ ਗੱਲ ਹੈ ਕਿਤੇ ਨਾ ਕਿਤੇ ਬੜੀ ਵਧੀਆ ਹੈ ਇੱਕ ਤਾਂ ਪਾਣੀ ਵੀ ਘੱਟ ਵੇਸਟ ਹੁੰਦਾ ਵੀ ਥੋੜਾ ਥੋੜਾ ਝੜਦਾ ਹੈ ਬੂੰਦਾਂ ਰਹੀਆਂ ਨਾ ਤੇ ਵੀ ਪਹਿਲਾਂ ਪਾਣੀ ਸਿਰ ਦੇ ਵਿੱਚ ਪਾਉਣਾ ਹੈ ਜੀ ਇਹ ਵਿਧਾਨ ਹੈ ਮਤਲਬ ਨਾਣਾ ਤਾਂ ਸਾਨੂੰ ਮੀਂਹ ਵੀ ਸਿਖਾਉਂਦਾ ਹੈ ਨਾ ਕੁਦਰਤ ਸਿਖਾਉਂਦੀ ਨਾਣਾ ਜਦੋਂ ਮੀਂਹ ਪੈਂਦਾ ਆਬਵੀਅਸਲੀ ਆਪਾਂ ਖੜੇ ਹਾਂ ਤਾਂ ਸਿਰ 'ਚ ਪਹਿਲਾਂ 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 ਸਿਰ 'ਚ ਪਾਣੀ ਪਊਗਾ ਹਨਾ ਜੀ ਤੇ ਪੁਰਾਣੇ ਵੀੁਰਗ ਦੱਸਦੇ ਆ ਵੀ ਜਿਹੜਾ ਪਹਿਲਾ ਬਰਸਾਤ ਹੁੰਦੀ ਹੈ ਪਹਿਲੀ ਬਰਸਾਤ ਹੁੰਦੀ ਹੈ ਉਦੋਂ ਸਾਨੂੰ ਸਿਰ ਤੋਂ ਲੈ ਕੇ ਤੇ ਸਾਰੇ ਸਰੀਰ 'ਚ ਇਸ਼ਨਾਨ ਕਰਨਾ ਚਾਹੀਦਾ ਵੀ ਕੱਪੜੇ ਤਨ ਤੋਂ ਉਤਾਰ ਦੇਣੇ ਚਾਹੀਦੇ ਨੇ ਵੀ ਚਲੋ ਲੰਗੋਟ ਕੁਸ਼ਹਰਾ ਆਪਣਾ ਢੇਡ ਰੱਖੋ ਤੇ ਵੀ ਸਿਰ 'ਚ ਪਾਣੀ ਪਾਵੇ ਪਿੰਡੇ ਤੇ ਪਾਣੀ ਪਾਵੇ ਉਹਦੇ ਨਾਲ ਬਰਸਾਤ ਇਹ ਦੱਸਦੇ ਨੇ ਅਸੀਂ ਬਜ਼ੁਰਗਾਂ ਕੋ ਸੁਣਿਆ ਵੀ ਜੇ ਬਰਸਾਤ ਦੀਆਂ ਪਹਿਲੀਆਂ ਦੋ ਬਰਸਾਤਾਂ ਤੁਸੀਂ ਬਰਸਾਤ 'ਚ ਇਸ਼ਨਾਨ ਕਰ ਲਓ ਤਾਂ ਬਰਸਾਤ ਦੇ ਵਿੱਚ ਹੋਣ ਵਾਲੀਆਂ ਤੁਹਾਨੂੰ ਬਿਮਾਰੀਆਂ ਨਹੀਂ ਹੁੰਦੀਆਂ ਅੱਛਾ ਹਾਂ ਵੀ ਜਿਵੇਂ ਪਿੱਤਪੁੱਤ ਹੋ ਗਈ ਕਈ ਵਾਰ ਉਹ ਹੋ ਜਾਂਦਾ ਨਾ ਵੀ ਫੰਗਸ ਕਹਿ ਲਓ ਮਾੜਾ ਮੋਟਾ ਹੋ ਜਾਂਦਾ ਕਈ ਵਾਰ ਪਿੱਤ ਹੋਈ ਹੋਈ ਹੁੰਦੀ ਉਹ हट ਜਾਂਦੀ ਹੈ ਪਹਿਲੀ ਬਰਸਾਤ ਦੇ ਜਿਹੜੇ ਹੈਗਾ ਵੀ ਉਮੀਦ ਦੇ ਨਾਲ ਤੇ ਜਾਂ ਹੋਰ ਕਿੰਦੀਆਂ ਜਿਹੜੀਆਂ ਹਲਕੀਆਂ ਜਿਹੜੀਆਂ ਆਪਾਂ ਨੂੰ ਮੌਨਸੂਨ ਦੇ ਵਿੱਚ ਪ੍ਰੋਬਲਮਸ ਕਈ ਵਾਰ ਆਉਂਦੀਆਂ ਨੇ ਸਕਿੰਦੀਆਂ ਉਹ ਨਹੀਂ ਹੁੰਦੀਆਂ ਜੇ ਆਪਾਂ ਪਹਿਲੀਆਂ ਬਰਸਾਤਾਂ ਇਸ਼ਨਾਨ ਕਰੀਏ ਪਰ ਆਪਣੀ ਜਨਤਾ ਦਾ ਅੱਜ ਕੱਲ ਗੀਜ਼ਰ ਗੁਜ਼ਰਨੇ ਬੜਾ ਘੇਰ ਲਈ ਹਣਾ ਵੀ ਆ ਵੀ ਆ ਗੀਜ਼ਰ ਦਾ ਗਰਮ ਪਾਣੀ ਇੰਨਾ ਹੋਣਿਆ ਜੀ ਬਾਹਰ ਠੰਡਾ ਹਾਂ ਇਹ ਕੁਝ ਹੁਣ ਦੇਖਣ ਵਾਲੀ ਗੱਲ ਹੈ ਵੀ ਕਈ ਵਾਰ ਕੀ ਜ਼ਿਆਦਾ ਠੰਡੇ ਪਾਣੀ ਦੇ ਨਹਾਉਣਾ ਸਾਇਲੈਂਟ ਅਟੈਕ ਦੀ ਵੀ ਕਈ ਵਾਰ ਮੈਂ ਅੱਜ ਕੱਲ ਵੀ ਦੇਖ ਰਿਹਾ ਵੀ ਰਿਸਰਚ ਵਗੈਰਾ ਚੱਲ ਰਹੀਆਂ ਸੁਣਦੇ ਵੀ ਕਹਿੰਦੇ ਵੀ ਗੱਲਾਂ ਚੱਲ ਰਹੀਆਂ ਨੇ ਪਰ ਗਰਮ ਪਾਣੀ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਕਿਤੇ ਵੀ ਜਦੋਂ ਕਿਤੇ ਬਹੁਤ અત્યੰਤ ਜ਼ਰੂਰੀ ਹੈ ਤਾਂ ਤੁਸੀਂ ਵਰਤ ਲਓ ਜਾਂ ਬਹੁਤ ਬਿਰਦ ਸਰੀਰ ਨੇ ਤੇ ਪਰ ਉਹਨਾਂ ਤਾਜ਼ਾ ਪਾਣੀ ਦਾ ਪ੍ਰਯੋਗ ਰੱਖੋ ਤਾਂ ਉਹ ਬਿਹਤਰ ਹੈ ਜੀ ਵਿਧਾਨ ਤੇ ਹੀ ਕਹਿੰਦਾ ਵੀ ਤਾਜ਼ਾ ਪਾਣੀ ਦਾ ਅਗਰ ਪ੍ਰਯੋਗ ਰੱਖੀਏ ਇਸ਼ਨਾਨ ਦੇ ਵਿੱਚ ਉਹ ਜ਼ਿਆਦਾ ਉਤਮ ਹੈ ਤੇ ਕਿੰਨਾ ਕਮਿਊਨਿਟੀ ਜਿਹੜਾ ਮਤਲਬ ਬੰਦੇ ਨੂੰ ਆਪਣੇ ਨਹਾਉਣ ਤੇ ਜ਼ਾਇਆ ਕਰਨਾ ਚਾਹੀਦਾ ਇਹ ਤਾਂ ਜੀ ਸ਼ਾਸਤਰਤਾ ਕਹਿੰਦਾ ਹੈ ਵੀ ਤੁਸੀਂ ਮਤਲਬ ਕੀ ਨਿਤਾਪਰਾਤ ਜਿਹੜੇ ਨਵੇਂ ਹੁਣ ਕਿਉਂਕਿ ਸਾਬਣ ਸਾਡੇ ਕੋ ਨੂੰ ਹੁਣ ਦੇ ਜੇ ਦੌਰ ਚ ਵੇਖੀ ਤਾਂ ਹੁਣ ਸਾਡੇ ਕੋ ਸਾਬਣ ਚ ਵੈਰੈਟੀਆਂ ਜ਼ਿਆਦੀਆਂ ਆ ਗਈਆਂ ਨੇ ਵੀ ਜਿਵੇਂ ਕਈ ਫ੍ਰੈਗਰੈਂਸ ਨੇ ਸਾਬਣ ਦੀਆਂ ਪਰ ਸਾਬਣ ਬਹੁਤ ਆਦ ਕਾਲ ਤੋਂ ਪਹਿਲਾਂ ਹੀ ਚੱਲ ਰਿਹਾ ਹੈ ਵੀ ਇਹ ਹੁਣ ਦਾ ਨਹੀਂਗਾ ਜਿਵੇਂ ਮਹਾਰਾਜ ਬਾਣੀ ਵਿੱਚ ਵੀ ਫਰਮਾਉਂਦੇ ਨੇ ਨਾ ਪਹਿਲੇ ਪਾਸ਼ਾ ਵੀ ਪੌੜੀ ਦੇ ਵਿੱਚ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਯਾਨੀ ਗੁਰਦਾੰਗ ਸਾਹਿਬ ਵੇਲੇ ਸਾਬਣ ਹੈਗਾ ਸੀ ਮਹਾਰਾਜ ਸਾਬ ਨੂੰ ਦੀ ਗੱਲ ਕਰ ਰਹੇ ਨੇ ਨਾ ਤੇ ਸਾਹਿਤਰ ਕਹਿੰਦਾ ਵੀ ਇਹ ਮਹੀਨੇ ਦੇ ਵਿੱਚ ਇੱਕ ਮਾਹ ਦੇ ਵਿੱਚ ਤੁਸੀਂ 7-8 ਵਾਰੀ ਉਹ ਸਮੇਂ ਮੈਂ ਹੁਣ ਨਹੀਂ ਕਹਿ ਰਿਹਾ ਵੀ ਕੋਈ ਕਿਉਂਕਿ ਹੁਣ ਤਾਂ ਵੈਸੇ ਪੋਲੂਸ਼ਨ ਬੜਾ ਜ਼ਿਆਦਾ ਹੋ ਗਿਆ ਹੁਣ ਤਾਂ ਦਿਨ ਚ ਦੋ ਵਾਰ ਸਾਬਣ ਲਾਉ ਲੋ ਵੀ ਘਟਾ ਪਰ ਪੁਰਾਣਿਆਂ ਵੇਲਿਆਂ ਚ ਉਹ ਬਹੁਤ ਘੱਟ ਸਾਬਣ ਦਾ ਪ੍ਰਯੋਗ ਕਰਿਆ ਕਰਦੇ ਸੀਗੇ ਸਰੀਰ ਨੂੰ ਲਾਉਣ ਵਾਸਤੇ ਵੀ ਸਰੀਰ ਨੂੰ ਉਦਾਂ ਹੀ ਮਲਿਆ ਕਰਦੇ ਸੀਗੇ ਤੇ ਲੱਸੀ ਦੇ ਨਾਲ ਜਾਂ ਹੋਰ ਇਹਨਾਂ ਚੀਜ਼ਾਂ ਨਾਲ ਵੀ ਇਸ਼ਨਾਨ ਕਰਿਆ ਜਾਂਦਾ ਸੀਗਾ ਤੇ ਸਿਰ ਦਾ ਇਸ਼ਨਾਨ ਇਹਨਾਂ ਚੀਜ਼ਾਂ ਨਾਲ ਕਰ ਲੈਣਾ ਦਹੀਂ ਦੇ ਨਾਲ ਲੱਸੀ ਦੇ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ ਸਿਰ ਦਾ ਉਹ ਬੜਾ ਵਧੀਆ ਹੁੰਦਾ ਹੈ ਤੇ ਸਭ ਜਿਵੇਂ ਕਹ ਲਓ ਵੀ ਸਮਾਂ ਹੈ ਵੀ ਤੁਸੀਂ ਵੀ ਉਹ ਧੁਸ਼ਾਸਤਰ ਕਹਿੰਦਾ ਸੀਗਾ ਵੀ ਤੁਸੀਂ ਮਹੀਨੇ ਦੇ ਵਿੱਚ ਵੀ 5 ਤੋਂ 6 ਜਾਂ 7 ਵਾਰੀ ਸਿਰਫ ਸਰੀਰ ਨੂੰ ਜ਼ਿਆਦਾ ਮਲ ਕੇ ਨਾ ਉਹ ਸਾਬਣ ਦੇ ਨਾਲ ਪਰ ਉਹਨਾਂ ਵੇਲਿਆਂ 'ਚ ਇਹਨਾਂ ਪੋਲਿਊਸ਼ਨ ਹੁੰਦਾ ਵੀ ਨਹੀਂ ਸੀ ਸਰੀਰ ਗੰਦਾ ਹੁੰਦਾ ਵੀ ਨਹੀਂ ਸੀਗਾ ਸਵਾਇ ਵੀ ਜੇ ਆਪਾਂ ਕੋਈ ਮਿੱਟੀ ਜਿਹੜੀ ਬਾਲਟੀ 'ਚ ਆਪਾਂ ਧੋਨੇ ਬਹੁਤ ਸਾਰੇ ਕਈ ਲੋਕ ਨਿੰਮ ਦੀਆਂ ਦਲੀਆਂ ਸੈੱਟ ਲੈਂਦੇ ਆ ਜਾਂ ਹੋਰ ਚੀਜ਼ਾਂ ਵੈਦ ਜਾਂ ਆਯੁਰਵੇਦ ਦੇ ਸਾਹਬ ਨਾਲ ਪਾ ਦੇ ਕੀ ਕੀ ਪਾਣੀ ਚ ਕੋਈ ਚੀਜ਼ ਨਾ ਹੁੰਦੇ ਹੋਏ ਐ ਮਿਲਾ ਲੈਣੀ ਚਾਹੀਦੀ ਹੈ ਨੇਚਰਲ ਜਾਂ ਕੀ ਇਹ ਕਦੇ-ਕਦੇ ਮਿਲਾ ਲੈਣੀ ਚਾਹੀਦੀ ਆ ਜੀ ਜਿਵੇਂ ਕਦੇ-ਕਦੇ ਨਿੰਮ ਦੇ ਪੱਤੇ ਇਹਨਾਂ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਤੇ ਕਈ ਲੋਕ ਚਰਅਤੇ ਦਾ ਵੀ ਇਸ਼ਨਾਨ ਕਰ ਲੈਂਦੇ ਹੁੰਦੇ ਸੀਗੇ ਚਰਅਤੇ ਨੂੰ ਹਲਕਾ ਜਾਂ ਚਰਅਤਾ ਕਾਫੀ ਕੜਤਨ ਚ ਹੁੰਦਾ ਉਹਨੂੰ ਪੀਤਾ ਵੀ ਜਾਂਦੇ ਉਹਦੇ ਇਸ਼ਨਾਨ ਵੀ ਕੀਤਾ ਜਾਂਦਾ ਨਿੰਮ ਦਾ ਇਸ਼ਨਾਨ ਬੜਾ ਵਧੀਆ ਵੀ ਇਹ ਕਰ ਲੈਣਾ ਚਾਹੀਦਾ ਤੇ ਸਮਾਂ ਕਹ ਲਓ ਵੀ ਸਮਾਂ ਤਾਂ ਹੁਣ ਵੀ ਕਹ ਲਓ ਵੀ ਸਰੀਰ ਤੇ ਮੈਲ ਜਿਆਦੀ ਜੰਮੇ ਦਾ ਸਮਾਂ ਜਿਆਦਾ ਲੱਗੀ ਜਾਣਾ ਇਹ ਤਾਂ ਬੰਦੇ ਦੇ ਉੱਤੇ ਆਪ ਦੇ ਤੇ ਨਿਰਭਰ ਹੈ ਜੀ ਵੀ ਸਮੇਂ ਦੀ ਕੋਈ ਇਹਦੇ ਵਿੱਚ ਬੰਦਿਸ਼ ਨਹੀਂ ਗਈ ਤੇ ਇਸ਼ਨਾਨ ਕਰੇ ਤਸਲੀ ਦੇ ਨਾਲ ਤਸਲੀ ਦੇ ਨਾਲ ਤੇ ਵਿਧਾਨ ਦੇ ਨਾਲ ਜਿਵੇਂ ਕਹ ਲਓ ਵੀ ਹਰ ਇੱਕ ਚੀਜ਼ ਸਿਮੈਟਰੀ ਦੇ ਵਿੱਚ ਜਿਵੇਂ ਤੁਸੀਂ ਕਿ ਅਸੀਂ ਥੋੜਾ ਤੁਸੀਂ ਕਦੇ ਜਪਨਿਸ ਨੂੰ ਦੇਖੋ ਜਾਂ ਸਮੁਰਾਈਜ਼ ਨੂੰ ਦੇਖੋ ਨਾ ਅਸੀਂ ਕਈ ਵਾਰ ਉਹਨਾਂ ਦੇ ਬਾਰੇ ਪੜਦੇ ਪੜਦੇ ਹੁੰਦੇ ਦੇਖਦੇ ਰਹਿੰਦੇ ਆ ਪੁਰਾਣੀ ਜਿਹੜੇ ਟ੍ਰੈਡੀਸ਼ਨ ਲੀਨ ਨੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਬੜਾ ਅਨੁਸ਼ਾਸਨ ਹੁੰਦਾ ਤੁਰੰਤ ਦੇ ਵਿੱਚ ਖਾਣ ਦੇ ਵਿੱਚ ਬੈਠਣ ਦੇ ਵਿੱਚ ਤੇ ਕੋਈ ਕਿਸੇ ਦੇ ਨਾਲ ਡਿਸਕਸ਼ਨ ਕਰ ਰਹੇ ਨੇ ਉਹਦੇ ਉਹਦੇ ਵਿੱਚ ਬੜਾ ਅਨੁਸ਼ਾਸਨ ਰੱਖਦੇ ਨੇ ਉਹ ਆਪਣੀ ਇਹ ਚੀਜ਼ ਹੁੰਦੀ ਸੀ ਆਪਣੇ ਵੀ ਪਰ ਹੁਣ ਆਪਾਂ ਭੁੱਲ ਗਏ ਆਪਾਂ ਨੂੰ ਭੁਲਾਤਾ ਜਿਵੇਂ ਸਾਡੇ ਇੱਕ ਮਿੱਤਰ ਨੇ ਵਿਅਤਨਾਮ ਰਹਿੰਦੇ ਨੇ ਉਹ ਉੱਥੋਂ ਦੇ ਕਲਚਰ ਨਾਲ ਰਿਲੇਟ ਕਰਦੇ ਨੇ ਉਹ ਦੱਸਦੇ ਨੇ ਵੀ ਕਹਿੰਦੇ ਵੀ ਇੱਥੇ ਜੇ ਕੋਈ ਪਾਰਟੀ ਹੁੰਦੀ ਹੈ ਜਾਂ ਅਸੀਂ ਬੈਠਦੇ ਹਾਂ ਸਾਰੇ ਜਣੇ ਖਾਣਾ ਖਾਣ ਤਾਂ ਹਮੇਸ਼ਾ ਜਿਹੜਾ ਬਜ਼ੁਰਗ ਬੰਦਾ ਹੈ ਉਹ ਸਭ ਤੋਂ ਪਹਿਲਾਂ ਖਾਣਾ ਸ਼ੁਰੂ ਕਰਦਾ ਹੈ ਤੇ ਜਦੋਂ ਬੋਲਦਾ ਹੈ ਤਾ ਕੋਈ ਹੋਰ ਨਹੀਂ ਬੋਲਦਾ ਜਿੱਡਾ ਮਰਜੀ ਟੇਬਲ ਲੱਗਾ ਹੋਵੇ ਜਿੰਨਾ ਸੀਨੀਅਰ ਪਰਸਨ ਬਜ਼ੁਰਗ ਬੰਦਾ ਜਦੋਂ ਗੱਲ ਕਰ ਰਿਹਾ ਹੈ ਤਾਂ ਬਾਕੀ ਸਾਰੇ ਚੁੱਪ ਕਰਕੇ ਸੁਣਦੇ ਨੇ ਕੋਈ ਬੋਲ ਕੋਈ ਉਹਨਾਂ ਟੋਕਦਾ ਵੀ ਨਹੀਂਗਾ ਇੱਚੇ ਲੋਕ ਅੱਜਕੱਲ ਆਪਣੇ ਮਾਪੇ ਦੇ ਨਹੀਂ ਸੁਣਦੇ ਕੀ ਕਰਕੇ ਹੁਣ ਸਾਰੇ ਬੰਦੇ ਐ ਚੱਲ ਰਿਹਾ ਜੀ ਇਹ ਹੁਣ ਪ੍ਰਬੰਧ ਇਦਾਂ ਦਾ ਹੋ ਗਿਆ ਮੈਂ ਦੱਸ ਰਿਹਾ ਵੀ ਇਹ ਹਰ ਇੱਕ ਚੀਜ਼ਾਂ ਨੂੰ ਸ਼ਾਸਨ ਹੁੰਦਾ ਹੈ ਵੀ ਹਰ ਇੱਕ ਚੀਜ਼ਿਆਂ ਨੂੰ ਸ਼ਾਸਨ ਚ ਕੀਤੀ ਜਾਵੇ ਤੁਸੀਂ ਜਲਦ ਦਾ ਸੇਵਨ ਕਰਦੇ ਹੋ ਨਾ ਹੋਣ ਤੋਂ ਬਾਅਦ ਹੁਣ ਪਾਣੀ ਨੂੰ ਪਿਤਾ ਕਹਿੰਦੇ ਨੇ ਮਹਾਰਾਜ ਨੇ ਪਾਣੀ ਨੂੰ ਪਿਤਾ ਕਿਹਾ ਹੈ ਤੇ ਉਹ ਫਿਰ ਤੁਸੀਂ ਉਹਨੂੰ ਨਹਾਉਣ ਚ ਵੀ ਸੇਵਨ ਕਰਦੇ ਹੋ ਤਾਂ ਬੜੇ ਸਤਕਾਰ ਦੇ ਨਾਲ ਸੇਵਨ ਕਰਨਾ ਹੈ ਤੇ ਜਦੋਂ ਤੁਸੀਂ ਉਹਨੂੰ ਛਕਦੇ ਹੋ ਛਕਣ ਲੱਗੇ ਉਹਦੇ ਉੱਤੇ ਦ੍ਰਿਸ਼ਟੀ ਰੱਖ ਕੇ ਵੀ ਉਹਨੂੰ ਮਾਰੇ ਕਹਿੰਦੇ ਪਹਿਲਾ ਪਾਣੀ ਜਿਉ ਹੈ ਜਿਤ ਹਰਿਆਸਬ ਹੋਵੇ ਆਸਾ ਦੀ ਵਾਰ ਚ ਮਾਰੇ ਕਹਿੰਦੇ ਨੇ ਹੁਣ ਇਹਦੇ ਦੋ ਅਰਥ ਵੀ ਕਹਿ ਸਕਦੇ ਆ ਵੀ ਤੁਸੀਂ ਵੀ ਪਹਿਲਾ ਪਾਣੀ ਜਿਉ ਹੈ ਵੀ ਬਾਣੀ ਜੀਵ ਜੀਵਤ ਹੈ ਜਿਹੜਾ ਸਾਰੀਆਂ ਚੀਜ਼ਾਂ ਹਰਾ ਕਰਦਾ ਤੇ ਜਾਂ ਪਹਿਲਾ ਪਾਣੀ ਜਿਉ ਸੰਬੋਧਨ ਕਰਕੇ ਵੀ ਪਹਿਲਾ ਪਾਣੀ ਵੀ ਇੱਕ ਜੀਆ ਵੀ ਜੀ ਕਰਕੇ ਸਤਕਾਰ ਕਰਕੇ ਜਿਹੜਾ ਸਾਰੀਆਂ ਚੀਜ਼ਾਂ ਨੂੰ ਹਰੇ ਕਰਦਾ ਦੋਹੇ ਅਰਥ ਨਿਕਲਦੇ ਨੇ ਦੋਹੇ ਸਪਸ਼ਟ ਅਰਥ ਨੇ ਪਰ ਗੱਲ ਹੈ ਕਿ ਪਾ ਮਾਰੇ ਦੱਸ ਦੇਣਾ ਵੀ ਅੰਨ ਵੀ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਆਸਾ ਦੀ ਵਾਰ ਚ ਪੰਜਵਾਂ ਪਾਇਆ ਕਿਤ ਕਰਿਤ ਤਾਂ ਹੋਆ پاک ਪਵਿੱਤ ਵੀ ਕਿ ਹੋਵੀ ਇਹ ਖਾਣ ਵਾਲੀਆਂ ਚੀਜ਼ਾਂ ਦੇਵਤੇ ਨੇ ਸੋ ਜਦੋਂ ਤੁਸੀਂ ਖਾਣਾ ਹੈ ਪਾਣੀ ਨੂੰ ਜਲ ਨੂੰ ਛਕਣਾ ਹੈ ਤਾਂ ਉੱਚ ਧਿਆਨ ਕਰਕੇ ਤੇ ਮਹਾਰਾਜ ਦਾ ਨਾਮ ਲੈ ਕੇ ਵੀ ਅਸਰ ਕਰੇ ਤਾਂ ਕਾਟ ਚੀਜ਼ ਵੀ ਤੁਹਾਨੂੰ ਬਹੁਤ ਜ਼ਿਆਦਾ ਅਸਰ ਕਰੇਗੀ ਬਿਲਕੁਲ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਵਾਠ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਭਾਈ ਬਹੁਤ ਕੁਝ ਸਿੱਖਿਆ ਹੋਊਗਾ ਮੈਂ ਵੀ ਬਾਈ ਹੋਂੜਾ ਦੇ ਕੋਲ ਅੱਜ ਨਵੀਆਂ ਚੀਜ਼ਾਂ ਸਿੱਖੀਆਂ ਕਿਉਂਕਿ ਨਹਾਉਣਾ ਜਿਹੜਾ ਲਗਭਗ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੈ ਪਰ ਬਹੁਤ ਸਾਰੇ ਮਿਸਟੇਕਸ ਕਰਦੇ ਆ ਜਿਦੇ ਕਰਕੇ ਜੋ ਚੀਜ਼ ਜਾਂ ਜੋ ਤਰੋ ਤਾਜ਼ਗੀ ਨਹਾਉਣ ਦੌਰਾਨ ਚਾਹੀਦੀ ਨਹੀਂ ਮਿਲ ਪਉਂਦੀ ਬਾਈ ਨੇ ਦੱਸਿਆ ਕਿ ਇਸ ਤਰੀਕੇ ਨਹਾਉਣ ਦੀ ਵਿਧੀ ਹੈ ਉਮੀਦ ਹੈ ਤੁਹਾਨੂੰ ਸਾਡਾ ਐਪੀਸੋਡ ਬੜਾ ਅੱਛਾ ਲੱਗੇਗਾ ਹਾਂਜੀ ਬਾਈ ਨੂੰ ਇੱਕ ਹੋਰ ਗੱਲ ਜਿਆਦਾ ਵੀ ਜੇ ਕਿਸੇ ਦੀ ਧਰਨ ਹਿੱਲੀ ਹੈ ਜਾਂ ਕਬਜ ਹੈ ਤਾਂ ਉਹ ਵੀ ਤਾਂ ਨੂੰ ਠੀਕ ਕਰਨੀ ਪੈਗੀ ਉਹ ਨਾਉਣ ਦੇ ਨਾਲ ਠੀਕ ਨਹੀਂ ਹੋਏਗੀ ਕਈ ਵਾਰ ਇਦਾਂ ਵੀ ਸਰੀਰ ਕਬਜ ਕਰਕੇ ਤੁਹਾਡਾ ਦਿੱਕਤ ਹੈ ਜਾਂ ਧਰਨ ਤੁਹਾਡੀ ਹਿੱਲੀ ਹੋਈ ਹੈ ਕਿਉਂਕਿ ਆਯੁਰਵੇਦ ਦੇ ਦੋ ਪ੍ਰਮੁੱਖ ਚੀਜ਼ਾਂ ਹੁੰਦੀਆਂ ਨੇ ਜਿਹੜੀ ਧਰਨ ਆ ਪੇਟ ਨਾਲ ਰਿਲੇਟ ਕਰਦੀ ਹੈ ਤੇ ਕਬਜ ਵੀ ਤੇ ਆਯੁਰਵੇਦ ਦਾ ਜਿਹੜਾ ਜੜ ਵੀ ਪੇਟ ਤੋਂ ਹੀ ਸ਼ੁਰੂ ਹੁੰਦੀ ਹੈ ਲੀਵਰ ਤੋਂ ਵੀ ਮਹੇਦੇ ਤੋਂ ਸ਼ੁਰੂ ਹੁੰਦੀ ਹੈ ਤੇ ਜੇ ਤੁਹਾਡਾ ਮਹੇਦਾ ਖਰਾਬ ਹੈ ਤਾਂ ਤੁਹਾਡਾ ਉਹਨੂੰ ਕੀ ਕਹਿੰਦੇ ਆ ਕਬਜ ਹੈ ਤਾਂ ਤੁਹਾਨੂੰ ਇਹਦਾ ਪਹਿਲਾਂ ਹੱਲ ਕਰਨਾ ਚਾਹੀਦਾ ਨਾਉਣ ਤੋਂ ਪਹਿਲਾਂ ਨਾਉਣ ਤੋਂ ਪਹਿਲਾਂ ਤੁਹਾਨੂੰ ਵੈਸੇ ਵੀ ਇਹਦਾ ਵੀ ਹੱਲ ਕਰਨਾ ਚਾਹੀਦਾ ਵੀ ਕੋਈ ਬਹੁਤੀ ਵਧੀਆ ਚੀਜ਼ ਨਹੀਂ ਤੇ ਕਿਉਂਕਿ ਹੁਣ ਅਸੀਂ ਭਾਜੀ ਇਹ ਧਰਨਤਾ ਹੁਣ ਅਸੀਂ ਆਯੁਰਵੇਦ ਧਰਨ ਮੰਨਦਾ ਪਰ ਜਿਹੜਾ ਅੰਗਰੇਜ਼ੀ ਦਾ ਇਲਾਜ ਆ ਉਹ ਧਰਨ ਨੂੰ ਨਹੀਂ ਮੰਨਦਾ ਹੂੰ ਤੇ ਬਹੁਤੇ ਇਲਾਜ ਤਾਂ ਹੀ ਨਹੀਂ ਕਈ ਵਾਰ ਨਹੀਂ ਹੋ ਪਾਉਂਦੇ ਦਵਾਈਆਂ ਦੇ ਨਾਲ ਗੋਲੀਆਂ ਦੇ ਨਾਲ ਕਿਉਂਕਿ ਹੁੰਦੀ ਧਰਨ ਹੈ ਤੇ ਬੰਦਾ ਹਜ਼ਾਰਾਂ ਲੱਖਾਂ ਦੀ ਦਵਾਈ ਖਾ ਕੇ ਤੇ ਬੰਦਾ ਕਹਿੰਦਾ ਵੀ ਕੁਝ ਹੋ ਨਹੀਂ ਰਿਹਾ ਤੇ ਕੋਈ ਕਿਸੇ ਵੀ ਯੁਰਕੋ ਜਾਓ ਉਹ ਧਰਨ ਕੱਢ ਦਿੰਦਾ ਦੋਆ ਮਿੰਟਾਂ ਤੇ ਬੰਦਾ ਕਹਿੰਦਾ ਮੈਂ ਠੀਕ ਆ ਇਹ ਚੀਜ਼ਾਂ ਵੀ ਧਿਆਨ ਰੱਖਣ ਦੀ ਲੋੜ ਹੈ ਜੀ ਬਿਲਕੁਲ ਬਿਲਕੁਲ ਆਪਣੇ ਸਾਹ ਅਗਰੇ ਵੀ ਨਾਲ ਕਰਨ ਸ਼ਰਮਾ ਅਖਰ ਦੇ ਲਈ